ਆਜੋ ਵੀ ਮਿੱਤਰੋ ਅੱਜ ਤੁਹਾਨੂੰ ਜੌਂਡੀ ਆਰ 5310-2002 ਮਾਡਲ ਦੇ ਏਸੀ ਕੈਬਨ ਲੱਗਿਆ ਦਿਖਾਉਣੇ ਆ ਤੇ ਜੌਂਡੀ ਆਰ 5310-2002 ਮਾਡਲ ਦੇ ਏਸੀ ਕੈਬਨ ਇਹ ਦੇਖ ਲਓ ਵੀ ਬਾਈਆਂ ਨੇ ਕਿੰਨੀ ਰੀਜਨਲ ਲਵਾਇਆ ਹੈ ਆਪਾਂ ਜਿਵੇਂ ਏਸੀ ਕੈਬਨ ਲੱਗੇ ਦੇਖਦੇ ਹਾਂ ਪਹਿਲਾਂ ਤਾਂ ਨਵੇਂ ਜੌਂਡੀ ਆਰਾਂ ਦੇ ਲੱਗੇ ਦੇਖਦੇ ਹਾਂ ਅੱਜ ਕੱਲ੍ਹ ਤਾਂ ਜੌਂਡੀ ਆਰ ਏਸੀ ਕੈਬਨ ਤੋਂ ਲੱਗੇ ਲਗਾਈ ਲੈ ਕੇ ਆਉਂਦੇ ਆਪਣੇ ਭਰਾ ਪਰ ਜਦੋਂ ਪੁਰਾਣੇ ਟਰੈਕਟਰ ਦੇ ਏਸੀ ਕੈਬਨ ਲਵਾਉਣਾ ਹੋਵੇ ਆਪਾਂ ਬਹੁਤ ਸੋਚਦੇ ਹਾਂ ਵੀ ਇਹਦੇ ਏਸੀ ਕੈਬਨ ਕਾਮਯਾਬ ਹੋਊ ਨਾ ਹੋਊ ਅਤੇ ਬੜੇ ਸਵਾਲ ਆਉਂਦੇ ਆਪਣੇ ਮਨ 'ਚ ਇਹ ਬਾਈ ਹੁਣਾਂ ਨੇ ਏਸੀ ਕੈਬਨ 2002 ਮਾਡਲ ਦੇ ਲਵਾਇਆ ਅਤੇ ਬਾਈ ਹੁਣਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ ਆਪਾਂ ਕੀ ਗੱਲਬਾਤ ਆ ਕਿਵੇਂ ਸ਼ੌਂਕ ਜਾਗਿਆ ਅਤੇ ਬਾਈ ਕਹਿੰਦੇ ਅਸੀਂ ਨਵਾਂ ਟਰੈਕਟਰ ਲੈ ਸਕਦੇ ਸੀ ਏਸੀ ਕੈਬਨ ਵੀ ਅਸੀਂ ਲਿੱਤਾ ਨਹੀਂ ਹੈਗਾ ਅਤੇ ਬਾਈਆਂ ਦਾ ਪਿੰਡ ਮਰਾਜ ਹੀ ਆ ਮੇਰੇ ਵਾਲਾ ਪਿੰਡ ਹੀ ਆ ਅਤੇ ਭਰਾ ਹੀ ਨੇ ਆਪਣੇ ਤੇ ਪੁੱਛਦੇ ਆ ਬਾਈਆਂ ਤੋਂ ਕਿਵੇਂ ਸ਼ੌਂਕ ਜਾਗਿਆ ਕੀ ਗੱਲਬਾਤ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਮਿਹਰਬਾਨੀ ਜੀ ਬਾਈ ਠੀਕ ਠਾਕ ਹੋ ਬਾਈ ਬਾਈ ਚੜ੍ਹਦੀ ਕਲਾ ਜੀ ਠੀਕ ਹੈ ਤੇ ਇਹ ਗੱਲ ਦੱਸੋ ਬਾਈ ਵੀ ਜੌਂਡੀ ਆਰ 5310-2002 ਮਾਡਲ ਦੀ ਕਿਵੇਂ ਸ਼ੌਂਕ ਜਾਗਿਆ ਕੀ ਗੱਲਬਾਤ ਆ ਇਹ ਬਾਈ ਜੀ ਆਪਣਾ ਜੱਦੀ ਪੁਸ਼ਤੀ ਟਰੈਟ ਆ ਜੀ ਠੀਕ ਹੈ ਇਹ 2002 ਦੇ ਵਿੱਚ ਅਸੀਂ ਨਵਾਂ ਲਿੱਤਾ ਸੀਗਾ ਜੀ ਬਹੁਤ ਸ਼ੌਂਕ ਦੇ ਨਾਲ ਰੀਝ ਨਾਲ ਰੱਖਿਆ ਵਾ ਜੀ ਟਰੈਕਟਰ ਲੈਣ ਨੂੰ ਤਾਂ ਨਵਾਂ ਵੀ ਲੈ ਸਕਦੇ ਸੀ ਜੱਦੀ ਪੁਸ਼ਤੀ ਹੈ ਜੀ ਸਾਡਾ ਇਹ ਸ਼ੌਂਕ ਨਾਲ ਰੱਖਿਆ ਵਾ ਜੀ ਤਾਂ ਕਰਕੇ ਸਾਨੂੰ ਇਸ 'ਤੇ ਸ਼ੌਂਕ ਜਾਗ ਗਿਆ ਵੀ ਇਸੇ 'ਤੇ ਲਵਾ ਕੇ ਲਿਆਉਣਾ ਜੀ ਲੈਣ ਨੂੰ ਤਾਂ ਅਸੀਂ ਨਵਾਂ ਵੀ ਲੈ ਸਕਦੇ ਜੀ ਏਸੀ ਕੈਬਨ ਆਉਂਦਾ ਜੀ ਹਾਂਜੀ ਸਾਡਾ ਬਹੁਤ ਰੀਝ ਨਾਲ ਟਰੈਕਟਰ ਰੱਖਿਆ ਵਾ ਜੀ ਇਹ ਠੀਕ ਹੈ ਇਹ ਸਾਡੇ ਦਾਦੇ ਦੀ ਨਿਸ਼ਾਨੀ ਹੈ ਜੀ ਸਾਨੂੰ ਅਸੀਂ ਚੌਂਕ ਨਾਲ ਸਾਂਭ ਕੇ ਰੱਖਿਆ ਵਾ ਜੀ ਹਾਂ ਤਾਂ ਕਰਕੇ ਇਹਦੇ 'ਤੇ ਏਸੀ ਕੈਬਨ ਲਵਾਇਆ ਜੀ ਠੀਕ ਹੈ ਏਸੀ ਕੈਬਨ ਬਾਈ ਲਵਾਇਆ ਕਿੱਥੋਂ ਆ ਇਹ ਬਾਈ ਜੀ ਅਸੀਂ ਸਮਾਣਾ ਤੋਂ ਗੋਲਡ ਸਟਾਰ ਏਸੀ ਵਾਲਿਆਂ ਤੋਂ ਲਵਾਇਆ ਜੀ ਸਮਾਣੇ ਤੋਂ ਠੀਕ ਹੈ ਹਾਂਜੀ ਇੱਥੋਂ ਸਮਾਣਾ ਪੈ ਜਾਂਦਾ ਹੋਊ ਮੈਨੂੰ ਲੱਗਦਾ 130 ਕਿਲੋਮੀਟਰ ਪੈਂਦਾ 130 ਪੈਂਦਾ ਜੀ ਇੱਥੋਂ ਠੀਕ ਹੈ ਹਾਂਜੀ ਤੇ ਫਿਰ ਪਹਿਲਾਂ ਉਹਨਾਂ ਤੋਂ ਕਿਵੇਂ ਬੁੱਕ ਬੁੱਕ ਕਰਾਏ ਹਾਂਜੀ ਪਹਿਲਾਂ ਉਹਨਾਂ ਤੋਂ ਬੁਕਿੰਗ ਕਰਾਉਣੀ ਪੈਂਦੀ ਜੀ 15 ਦਿਨਾਂ ਦਾ ਟਾਈਮ ਦਿੱਤਾ ਜੀ ਸਾਨੂੰ ਉਹਨਾਂ ਨੇ ਇੰਨੇ ਮੂਹਰੇ ਬੁੱਕ ਪਏ ਹੁੰਦੇ ਹਾਂ ਬੁੱਕ ਹੁੰਦੇ ਆ ਜੀ ਉਹਨਾਂ ਦੇ ਮੂਹਰੇ ਠੀਕ ਹੈ ਹਾਂਜੀ ਬਹੁਤ ਵੱਡੀ ਫੈਕਟਰੀ ਹੈ ਜੀ ਉਹਨਾਂ ਦੀ ਬੁੱਕ ਰਹਿੰਦੇ ਹੀ ਉਹਨਾਂ ਕੋਲ ਟਰੈਕਟ ਠੀਕ ਹੈ ਤੇ ਕਿੰਨੇ ਟਾਈਮ 'ਚ ਲਾਤਾ ਸੀ ਬਾਈ ਫਿਰ ਇੱਕ ਦਿਨ 'ਚ ਹੀ ਲਾ ਕੇ ਬਾਈ ਸ਼ਾਮ ਅਸੀਂ ਸਵੇਰੇ ਉਹ 9 ਵਜੇ ਲੱਗੇ ਸੀ ਇਹਦੇ ਤੇ ਰਾਤ ਨੂੰ 10 ਵਜੇ ਨੂੰ ਉਹਨਾਂ ਨੇ ਤਿਆਰ ਕਰਤਾ ਸੀਗਾ ਜੀ ਠੀਕ ਹੈ ਹਾਂਜੀ ਇੱਕ ਦਿਨ 'ਚ ਤਿਆਰ ਕਰਦੇ 12-1 ਵਜੇ ਦੇ ਨੂੰ ਤੁਸੀਂ ਹਾਂ ਨਹੀਂ ਜੀ ਅਸੀਂ ਆਏ ਸਵੇਰੇ ਸੀਗੇ ਜੀ ਅਸੀਂ ਉੱਥੇ ਹੀ ਪੈ ਗਏ ਸੀਗੇ ਠੀਕ ਹੈ ਹਾਂ ਰਹਿ ਉੱਥੇ ਪਏ ਸੀ ਅਸੀਂ ਉਹਨਾਂ ਦੀ ਬਹੁਤ ਵਧੀਆ ਉੱਥੇ ਬਣਾਇਆ ਬਾਈ ਰਹਿਸ਼ ਵਾਸਤੇ ਜਿਹੜੇ ਕਸਟਮਰ ਜਾਂਦੇ ਉਹਨਾਂ ਵਾਸਤੇ ਬਹੁਤ ਵਧੀਆ ਬਣਾਇਆ ਠੀਕ ਹੈ ਵੀ ਐਂ ਨਹੀਂ ਵੀ ਬਾਹਰ ਹੋਟਲਾਂ 'ਚ ਨਾ 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 ਜੀ ਠੀਕ ਹੈ ਹਾਂਜੀ ਇੱਕ ਗੱਲ ਇਹ ਆਪਾਂ ਦੇਖਦੇ ਹਾਂ ਬਾਈ ਇਹਦੀ ਜਿਹੜੀ ਫਿਟਿੰਗ ਆ ਫਿਟਿੰਗ ਜਮਾ ਐਂ ਲੱਗਦੀ ਆ ਜਿਵੇਂ ਟਰੈਕਟਰ ਆਪਾਂ ਏਜੰਸੀ ਤੋਂ ਨਵਾਂ ਲੈਂਦੇ ਹੁੰਦੇ ਆ ਹਨਾ ਜੌਂਡੀ ਆਰ ਹਾਂਜੀ ਹਾਂਜੀ ਬਾਈ ਜੀ ਜਮਾ ਕੰਪਨੀ ਬੈਂਡ ਕਰਕੇ ਦਿੰਦੇ ਆ ਜੀ ਉਹ ਕੰਪਨੀ ਬੈਂਡ ਕਰਕੇ ਦਿੰਦੇ ਆ ਹਾਂ ਇਹਦਾ ਮਤਲਬ ਸਾਰਾ ਆ ਬਣਾਇਆ ਬਣਾਇਆ ਐਂ ਧਰ ਦਿੰਦੇ ਆ ਹਾਂਜੀ ਹਾਂਜੀ ਕਾਰਡ ਹੈਗੇ ਇਹ ਸਾਰਾ ਆ ਸ਼ੀਸ਼ਿਆਂ ਵਾਲਾ ਸਿਸਟਮ ਆ ਗਿਆ ਉੱਤੇ ਸਾਰਾ ਬਣਾਇਆ ਬਣਾਇਆ ਐਂ ਧਰਦੇ ਆ ਹਾਂਜੀ ਹਾਂਜੀ ਹਾਂ ਤੇ ਇਹ ਆ ਗਈ ਲੋ ਵੀ ਇਹਦੀ ਡੀਜ਼ਲ ਵਾਲਾ ਟੈਂਕ ਆ ਗਿਆ ਹਾਂਜੀ ਤੇ ਇਹ 90 ਲੀਟਰ ਵਾਲਾ ਆ ਗਿਆ ਬਾਈ ਹਨਾ ਹਾਂਜੀ ਹਾਂਜੀ 90 ਲੀਟਰ ਦਾ ਜੀ ਹਾਂ 90 ਲੀਟਰ ਵਾਲਾ ਡੀਜ਼ਲ ਵਾਲਾ ਟੈਂਕ ਇਹਦਾ ਇੱਥੇ ਕਰਤਾ ਤੇ ਆਹ ਜਿਹੜੀ ਆਹ ਗੇਟ ਵਾਲਾ ਆ ਗਿਆ ਲਾਲ ਇਹਦਾ ਹੀਟਰ ਵਾਲਾ ਗੇਟ ਵਾਲਾ ਆ ਗਿਆ ਹਾਂ ਹਾਂ ਬਾਈ ਹੀਟਰ ਹਾਂ ਇਹ ਬਾਈ ਹੀਟਰ ਜੇ ਸਿਆਲ ਦੇ ਵਿੱਚ ਆਪਾਂ ਜਦੋਂ ਚਲਾਉਂਦੇ ਆ ਉਹ ਹੀਟਰ ਹੀ ਆ ਠੀਕ ਹੈ ਹੀਟਰ ਨਾਲ ਲਾ ਕੇ ਦਿੰਦੇ ਜੀ ਉਹ ਤੇ ਸ਼ੀਸ਼ਿਆਂ ਦੀ ਕੀ ਗੱਲਬਾਤ ਆ ਬਾਈ ਤੁਸੀਂ ਤਾਂ ਹੁਣ ਜਿਵੇਂ ਚਲਾ ਲਿਆ ਇਹ 2 ਦਿਨ ਹੋ ਗਏ ਤੁਹਾਨੂੰ ਸ਼ੀਸ਼ੇ ਬਾਈ ਜੀ ਬਹੁਤ ਮਜ਼ਬੂਤ ਆ ਇਹਦੇ ਤੇ ਇਹ ਐ ਨਹੀਂ ਕੋਈ ਮਾੜਾ ਮੋਟਾ ਵੀ ਜੇ ਆਪਾਂ ਵਾਹਣ ਵਾਉਣੇ ਆ ਕੋਈ ਵੱਟਾਂ ਤੇ ਐ ਟੇਢੇ ਮੇਢੇ ਹਿਲਦਾ ਜਾਂ ਉੱਤੋਂ ਚੂਕਦਾ ਚਾਕਦਾ ਜਿੰਨਾ ਮਰਜ਼ੀ ਇਹਦੇ 'ਚ ਕੋਈ ਐ ਨਹੀਂ ਡਲਾ ਡੁਲਾ ਵੱਜੇ ਤੋਂ ਫੁੱਟਦਾ ਨਹੀਂ ਪੂਰੇ ਮਜ਼ਬੂਤੀ ਵਾਲੇ ਸ਼ੀਸ਼ੇ ਲੱਗੇ ਬਈ ਠੀਕ ਆ ਹਾਂ ਬਸ ਐਂ ਮੰਨ ਲਓ ਇਕੱਲੇ ਬੁਲਟ ਪ੍ਰੂਫ ਹਾਂ ਬਾਕੀ ਉਹ ਪੂਰੇ ਮਜ਼ਬੂਤ ਆ ਜੀ ਉਹ ਪੂਰੇ ਸਿਰਾ ਸ਼ੀਸ਼ੇ ਪੂਰਾ ਸਿਰਾ ਸ਼ੀਸ਼ੇ ਆ ਜੀ ਠੀਕ ਹੈ ਹਾਂ ਤੇ ਲੋ ਬਈ ਆਹ 2 ਇੱਧਰ ਲਾਈਟਾਂ ਲਾਤੀਆਂ ਤੇ ਉੱਧਰ ਲਾਤੇ ਇੱਧਰ ਇਹ 44 ਇੰਡੀਕੇਟਰ ਆ ਗਏ ਹਾਂਜੀ ਹਾਂਜੀ ਠੀਕ ਹੈ ਜੀ ਤੇ ਆ ਜਿਹੜੇ 2 ਵੱਡੇ ਸ਼ੀਸ਼ੇ ਲਾਤੇ ਹਾਂਜੀ ਇਹ ਸਾਈਡ 'ਚ ਪੂਰਾ ਕਵਰ ਕਰਦੇ ਆ ਬਾਈ ਹਨਾ ਹਾਂਜੀ ਪੂਰਾ ਕਵਰ ਕਰਦੇ ਆ ਜੀ ਬਾਈ ਜੀ ਠੀਕ ਹੈ ਤੇ ਖੱਬੇ ਪਾਸੇ ਵੀ ਸੱਜੇ ਪਾਸੇ ਵੀ ਸ਼ੀਸ਼ੇ ਲਾਤੇ ਹੁਣ ਆਪਾਂ ਜੇ ਬਾਹਰੋਂ ਇਹਦੀਆਂ ਫਰੰਟ ਤੋਂ ਲੁੱਕ ਦੇਖੀਏ ਤੇ ਆਹ ਆ ਗਿਆ ਇਹਦਾ ਸ਼ੀਸ਼ਾ ਸਾਫ਼ ਕਰਨ ਵਾਸਤੇ ਸ਼ੀਸ਼ਾ ਸਾਫ਼ ਕਰਨ ਵਾਲਾ ਤੇ ਉੱਤੋਂ ਪਾਣੀ ਵੀ ਮਾਰਦਾ ਹੋਊ ਬਾਈ ਹਨਾ ਹਾਂਜੀ ਹਾਂਜੀ ਬਾਈ ਜੀ ਪਾਣੀ ਲਾਉਂਦੇ ਜੀ ਮਗਰ ਟੈਂਕੀ ਲੱਗੀ ਹੈ ਠੀਕ ਆ ਉੱਪਰੋਂ ਪਾਣੀ ਮਾਰਦਾ ਹੈਗਾ ਵੀ ਐਂ ਮੰਨ ਕਹਿ ਸਕਦੇ ਆ ਵੀ ਉਹਨਾਂ ਨੇ ਸਮਾਣੇ ਵਾਲਿਆਂ ਨੇ ਕੋਈ ਘਾਟ ਨਹੀਂ ਛੱਡੀ ਨਹੀਂ ਜੀ ਲਓ ਵੀ ਮਿੱਤਰੋ ਇਹਦੇ ਸ਼ੀਸ਼ੇ ਹੋ ਗਏ ਤੇ ਮੂਹਰੋਂ ਦੇਖ ਲਿਆ ਆਪਾਂ ਤੇ ਹੁਣ ਪਿੱਛੋਂ ਦੇਖਦੇ ਆ ਜੀ ਪਿੱਛੋਂ ਫਿਟਿੰਗ ਕਿਵੇਂ ਜੇ ਕੀਤੀ ਗਈ ਆ ਤੇ ਆ ਇਹਦੀ ਲਾਲ ਬੱਤੀ ਲਾਤੀ ਸਰ ਪਹਿਲਾਂ ਤੋਂ ਉੱਪਰ ਹੈ ਨਾ ਬਾਈ ਹਾਂਜੀ ਬਾਈ ਜੀ ਲਾਲ ਬੱਤੀ ਹੈ ਜੀ ਠੀਕ ਹੈ ਇੱਧਰ ਗੋਲਡ ਸਟਾਰ ਵਾਲਿਆਂ ਨੇ ਆਪਦਾ ਲੋਗੋ ਲਾਤਾ ਤੇ ਪਿੱਛੇ 2 ਲਾਈਟਾਂ ਲਾਤੀਆਂ ਤੇ ਆ ਪਿੱਛੇ ਇੱਕ ਹੋਰ ਸ਼ੀਸ਼ਾ ਆ ਗਿਆ ਵੱਡਾ ਹਾਂਜੀ ਤੇ ਆ ਵੈਪਰ ਪਲੇਟ ਆ ਗਿਆ ਹਾਂਜੀ ਠੀਕ ਹੈ ਤੇ ਇਹਦੇ ਵੈਪਰ ਪਲੇਟ ਤੇ ਵੀ ਪਾਣੀ ਉੱਥੋਂ ਉੱਪਰ ਪਾਣੀ ਉੱਪਰੋਂ ਵੱਜਦਾ ਜੀ ਉਹ ਲੱਗਿਆ ਬਾਈ ਆ ਚੀਜ਼ ਆ ਗਈ ਆ ਟੈਂਕੀ ਆ ਗਈ ਬਾਈ ਇਹ ਪਾਣੀ ਵਾਲੀ ਟੈਂਕੀ ਆ ਗਈ ਠੀਕ ਹੈ ਜੀ ਤੇ ਆ ਪਿੱਛੇ ਲਾਈਟਾਂ ਆ ਗਈਆਂ ਜੀ ਮੜਗਾੜ ਵੀ ਨਾਲ ਹੀ ਬਣੇ ਬਣਾਈ ਹੁੰਦੇ ਆ ਲਾਈਟਾਂ ਸਾਰਾ ਹਾਂ ਲਾਈਟਾਂ ਸਾਰਾ ਕੁਝ ਆਉਂਦੇ ਆ ਜੀ ਆ ਆਪਣਾ ਕੰਪਿਊਟਰ ਕਰਾ ਤੇ ਲਾਉਣ ਵਾਸਤੇ ਇਹਨਾਂ ਨੇ ਬਟਨ ਵੀ ਦਿੱਤਾ ਵਾ ਇੱਥੇ ਪਾਈਪਾਂ ਲਗਾਉਣ ਵਾਸਤੇ ਏਸੀ ਵਾਲੀਆਂ ਆਪਣਾ ਕੰਪਿਊਟਰ ਕਰਾ ਦਿਆਂ ਪ੍ਰੈਸ਼ਰ ਵਾਲੀਆਂ ਠੀਕ ਹੈ ਹਾਂ ਇਹ
ਠੀਕ ਹੈ ਹਾਂ ਸਾਰੇ ਕੰਪਨੀ ਬੈਡ ਆ 7 ਇੰਚੀ ਪਾਈਪ ਲੱਗੀ ਹੋਈ ਆ ਪੂਰੀ ਗੇਹੀ ਦੀ ਮੋਟੀ ਦੀ ਆ ਜਿਹੜੀ ਆਪਣੀ ਆ ਚਾਦਰ ਲੱਗੀ ਹੋਈ ਸ਼ੀਸ਼ੇ ਵਾਲੀ ਫੀਟਿੰਗ ਆ ਠੀਕ ਹੈ ਹਾਂ ਕੋਈ ਇਹ ਮਾੜਾ ਧੀੜਾ ਕੰਮ ਨਹੀਂ ਕਰਕੇ ਦਿੰਦੇ ਜੇ ਆਪਾਂ ਕਹਿ ਦਈਏ ਵੀ ਇਹ ਕੱਲ ਨੂੰ ਬਾਹਣ ਚ ਬਾਉਣਾ ਜੀ ਵੱਟਾਂ ਚੜਦੀਆਂ ਇਹ ਤਾਂ ਤੋਂ ਸ਼ੀਸ਼ਾ ਆ ਹਿੱਲ ਜੂ ਕੋਈ ਇਹਦਾ ਜੀ ਆ ਕੈਬਨ ਹਿੱਲ ਜੂਗਾ ਉਹ ਹਿੱਲਣ ਵਾਲੀ ਤਾਂ ਇਹਦੀ ਕੋਈ ਝਾਕ ਹੀ ਨਹੀਂ ਜੀ ਕੰਪਨੀ ਬੈਂਡ ਇੱਕ ਤਰ੍ਹਾਂ ਦਾ ਕੰਪਨੀ ਬੈਂਡ ਹੋ ਜਾਂਦਾ ਠੀਕ ਹੈ ਹਾਂ ਹੁਣ ਤੁਸੀਂ ਬਸ ਸਾਗਾ ਮਾਰੀ ਜਾਂਦੇ ਸਾਗਾ ਮਾਰੀ ਜਾਂਦੇ ਬਾਈ ਜੀ ਅਸੀਂ ਇਹਦੇ ਨਾਲ ਜੋ ਮਰਜ਼ੀ ਖਾਲ ਚ ਜਿੱਥੇ ਮਰਜ਼ੀ ਸਿੱਟੋ ਬਾਉਣੇ ਆ ਕਰਦੇ ਆ ਕੋਈ ਇਹਨੂੰ ਵੜਕਣ ਦਾ ਨਹੀਂ ਕੋਈ ਹੋਰ ਦਾ ਨਹੀਂ ਆਉਂਦੀ ਆ ਪੂਰੀ ਕਾਰ ਵਾਲੀ ਪੂਰੀ ਕਾਰ ਵਾਲੀ ਕੀ ਬਾਈ ਸ਼ਿਮਲੇ ਵਾਲੀ ਫੀਲਿੰਗ ਆਉਣ ਲੱਗ ਜਾਂਦੀ ਆ ਜਦੋਂ ਪੂਰਾ ਐਂ ਠੰਡਾ ਹੋ ਜਾਂਦਾ ਬਾਹਰ ਤੁਸੀਂ ਐਂ ਲਾ ਲਓ ਵੀ ਪੂਰੀ ਧੁੱਪ ਪੈਂਦੀ ਹੁੰਦੀ ਆ ਸਿਰ ਮੱਚਦੇ ਹੁੰਦੇ ਆ ਜਦੋਂ ਇਹਦੇ ਵਿੱਚ ਬਹਿ ਕੇ ਛੱਡ ਲਿਆ ਉਦੋਂ ਐ ਹੋ ਜਾਂਦਾ ਵੀ ਬਸ ਸ਼ਿਮਲੇ ਵਾਰ ਬਰਫ ਡਿੱਗੀ ਜਾਂਦੀ ਆ ਇਹ ਬਾਈ ਜੀ ਬਰਫ ਜਮਾ ਦਿੰਦਾ ਆ ਵੇਖੋ ਕੰਪਰੈਸ਼ਰ ਇਹਦੇ ਇੱਥੇ ਲੱਗਿਆ ਵਾ ਆ ਕੰਪਰੈਸ਼ਰ ਵਾਲੀ ਆ ਹੁਣ ਤਾਂ ਚਲੋ ਬੰਦ ਖੜਾ ਆਪਣਾ ਤੁਹਾਨੂੰ ਉਹ ਆ ਇੱਥੇ ਬਰਫ ਜੰਮ ਜਾਂਦੀ ਹੈ ਜੀ ਇਹਦੇ ਆਹ ਪਾਈਪਾਂ ਤੇ ਆ ਇੱਥੇ ਮਾੜੇ ਬੰਦੇ ਦੇ ਪੀਣ ਨੂੰ ਪਾਣੀ ਠੰਡਾ ਕਰਦੇ ਅੱਛਾ ਅੱਛਾ ਕੈਂਪਰ 'ਚ ਸਿੱਟ ਲਓ ਕੈਂਪਰ 'ਚ ਸਿੱਟ ਲਓ ਪੱਟ ਕੇ ਇੱਥੇ ਐਡੇ ਐਡੇ ਚੇਪੜ ਲਾ ਹੁੰਦਾ ਬਰਫ ਦੇ ਠੀਕ ਹੈ ਬਾਕੀ ਉਹਨਾਂ ਨੇ ਹੁਣ ਅੱਗੇ ਕੰਪਰੈਸ਼ਰ ਛੋਟਾ ਲਾਉਂਦੇ ਸੀ ਹੁਣ ਬਾਈ ਜੀ ਉਹ ਵੱਡਾ ਲਾਉਣ ਲੱਗ ਗਏ ਕੰਪਰੈਸ਼ਰ ਆਹ ਅੱਗੇ ਉਹ 6 ਨੰਬਰ ਦਾ ਲਾਉਂਦੇ ਸੀ ਹੁਣ 8 ਨੰਬਰ ਦਾ ਲਾਉਂਦੇ ਆ ਵੱਡਾ ਕੰਪਰੈਸ਼ਰ ਆ ਗਿਆ ਹਾਂ ਕੰਪਰੈਸ਼ਰ ਵੱਡਾ ਆ ਗਿਆ ਬਾਈ ਇਹ ਤਾਂ ਕੂਲਿੰਗ ਵੱਧਦਾ ਜੀ ਠੰਡਾ ਕਰਦਾ ਠੀਕ ਹੈ ਹਾਂ ਬਾਕੀ ਇਹਨਾਂ ਨੇ ਹੁਣ ਉਹ ਜਿਹੜੀ ਤਾਂ ਆਪਣੇ ਜਿੱਥੇ ਬਲੋਰ ਲੱਗੇ ਪਏ ਇਹਦੇ ਬਲੋਰਾਂ ਦੇ ਉੱਤੇ ਅੱਗੇ ਜਾਲੀ ਨਹੀਂ ਸੀ ਹੁਣ ਉਹ ਬਲੋਰਾਂ ਦੇ ਉੱਤੇ ਵੀ ਜਾਲੀ ਦੇਣ ਲੱਗ ਗਏ ਜਿਵੇਂ ਤੂੜੀ ਤਾੜੀ ਵਾਲੀ ਤੇ ਲਾਉਣਾ ਜਾਂ ਹੋਰ ਲਾਉਣਾ ਉਹਦੇ ਤੇ ਉਹ ਨਹੀਂ ਗਰਦ ਨਹੀਂ ਖੜਦੀ ਬਲੋਰਾਂ ਦੇ ਉੱਪਰ ਉੱਪਰ ਬਲੋਰਾਂ ਦੇ ਜਾਲੀ ਲਾਉਂਦੇ ਆ ਜੀ ਉਹ ਠੀਕ ਹੈ ਜਮਾ ਹੁਣ ਉੱਪਰ ਚੜ ਕੇ ਦਿਖਾਈਏ ਜਾਲੀ ਦਿਖਾ ਦਾਂਗੇ ਆਪਾਂ ਹਾਂ ਇੱਥੋਂ ਬਾਅਦ ਦਿਖ ਜੂ ਬਾਈ ਜੀ ਜਾਲੀ ਬਾਹਰੋਂ ਹੀ ਦਿਖ ਜੂ ਠੀਕ ਹੈ ਜਾਂ ਇਹਦੇ ਤੇ ਉੱਤੇ ਚੜ ਕੇ ਇੱਥੇ ਦਿਖ ਜੂਗੀ ਹਾਂ ਆ ਜਾਲੀ ਆ ਗਈ ਬਾਈ ਉਹ ਇਹ ਜਾਲੀ ਆ ਗਈ ਬਾਈ ਜੀ ਇਹ ਤਾਂ ਇਹਦੇ ਪਿਛਲੇ ਪਾਸੇ ਦੋ ਨਟ ਦਿੱਤੇ ਪਏ ਇਹਨੂੰ ਖੋਲ ਕੇ ਜਾਲੀ ਨੂੰ ਜੇ ਆਪਾਂ ਸਾਫ ਵੀ ਕਰਨਾ ਤੇ ਉਹ ਜਾਲੀ ਪਹਿਲੇ ਪਾਸੇ ਦੋ ਨਟ ਆ ਉਹਦੇ ਖੋਲ ਕੇ ਤੇ ਜਾਲੀ ਚੱਕੀ ਜਾਂਦੀ ਹੈ ਜੀ ਬਲੋਰ ਨਾ ਮਾਰ ਕੇ ਇਹਦੇ ਤੋਂ ਸਾਫ ਹੋ ਜਾਂਦਾ ਜੀ ਠੀਕ ਹੈ ਆਹ ਹੁੱਕਾਂ ਤਾਂ ਹਾਂ ਜੀ ਜੇ ਕਿਤੇ ਕਈ ਵਾਰੀ ਆ ਆਪਣਾ ਸਰਵਿਸ ਕਰਨ ਵੇਲੇ ਕੈਬਨ ਲਾਉਣਾ ਦੋਨੇ ਹੁੱਕਾਂ ਲੱਗੀਆਂ ਮੈਂ ਜਦੋਂ ਮਰਜ਼ੀ ਲਾ ਸਕਦਾ ਬੰਦਾ ਠੀਕ ਹੈ ਸੌਖਾ ਹੀ ਆ ਸੌਖਾ ਹੀ ਆ ਜੀ ਤਰੀਕਾ ਠੀਕ ਹੈ ਤੇ ਇਹਦੇ ਨਾਲ ਆਹ ਲਾਈਟਾਂ ਵੀ ਆ ਗਈਆਂ ਇਹ ਲਾਈਟਾਂ ਵੀ ਆ ਗਈਆਂ ਜੀ ਹਾਂ ਇਹ ਐਲਈਡੀ ਲਾਈਟਾਂ ਜੀ ਇਹਨਾਂ ਦਾ ਚੰਨ ਤਾਂ ਫਿਰ ਪੂਰਾ ਹੀ ਚੰਨ ਬਹੁਤ ਜ਼ਿਆਦਾ ਆ ਜੀ ਥੋੜਾ ਜਿਹਾ ਹੀ ਆ ਨਾ ਨਾ ਜੀ ਜਿਹੜਾ ਮੂਰੇ ਬੰਦਾ ਆਉਂਦਾ ਹੋਵੇ ਅਗਲਾ ਕਹਿੰਦਾ ਪਤਾ ਨਹੀਂ ਕੀ ਆਉਂਦਾ ਬੰਦ ਕਰਨ ਗਾ ਪੈਂਦੀਆਂ ਇੰਨਾ ਚੰਨ ਨਾ ਇਹਨਾਂ ਦਾ ਐਲਈਡੀ ਲਾਈਟਾਂ ਦਾ ਠੀਕ ਹੈ ਦਿਨ ਚੜਾ ਦਿੰਦੇ ਦਿਨ ਚੜਾ ਦਿੰਦੀਆਂ ਬਾਈ ਜੀ ਹਾਂ ਆ ਛੱਡਣ ਦੀ ਲੋੜ ਨਹੀਂ ਮੂਰਲੀਆਂ ਉਹੀ ਕਾਫੀ ਆ ਕੱਲੀਆਂ ਠੀਕ ਹੈ ਲਓ ਵੀ ਮਿੱਤਰ ਇੱਕ ਵਾਰੀ ਫੇਰ ਦੇਖ ਲਓ ਦੂਰੋਂ ਹੁਣ ਤੁਸੀਂ ਐਂ ਦਿੰਦਾ ਇਹ ਖੜਾ ਇਹ ਬਠਿੰਡੇ ਜ਼ਿਲ੍ਹੇ ਦਾ ਪਹਿਲਾ ਟਰੈਟ ਆ ਜੀ ਇਹ 2002 ਮਾਡਲ ਆਪਣੇ ਫੂਲ ਏਰੀਏ 'ਚ ਆਇਆ ਨਹੀਂ ਸੀ ਟਰੈਟ ਉਦੋਂ ਕੋਈ ਹਾਂ ਬਠਿੰਡੇ ਜ਼ਿਲ੍ਹੇ ਦਾ ਪਹਿਲਾ ਟਰੈਟ ਆ ਇਹਨੇ ਸ਼ੁਰੂਆਤ ਕਰਤੀ ਇਹਨੇ ਸ਼ੁਰੂ ਰੀਸ ਲਾਤੀ ਜੀ ਇਹਨੇ ਬਹੁਤ ਉਦੋਂ ਬਾਅਦ ਬਹੁਤ ਆਏ ਆ ਠੀਕ ਹੈ ਹਾਂ ਪਹਿਲਾ ਟਰੈਟ ਇਹ ਆਇਆ ਆਪਣਾ ਵੀ ਹੁਣ ਭਲੇਖੇ ਮਣਾ ਚੋਂ ਕੱਢ ਦੋ ਵੀ ਪੁਰਾਣੇ ਮਾਡਲਾਂ ਦੇ ਲਵਾਓ ਹਾਂ ਲਵਾਓ ਜੀ ਕੱਢੋ ਭਲੇਖਾ ਕੋਈ ਨਹੀਂ ਉਹ ਜਿਵੇਂ ਕਹਿੰਦੇ ਹੁੰਦੇ ਨੇ ਜੀ ਪਿਓ ਪਿਓ ਹੀ ਹੁੰਦਾ ਪੁੱਤ ਪੋਤੀ ਹੁੰਦਾ ਹਾਂ ਉਹੀ ਗੱਲ ਹੋ ਗਈ ਉਹੀ ਗੱਲ ਹੋ ਗਈ ਹੁਣ ਨਵੇਂ ਜਿੰਨੇ ਮਰਜ਼ੀ ਆਈ ਜਾਣ ਨਵੇਂ ਤੋਂ ਦੁੱਗਣਾ ਜ਼ੋਰ ਮਾਰਦਾ ਹੈ ਹਾਂ ਤੇ ਲੋ ਮਿੱਤਰੋ ਤੁਸੀਂ ਜਿਵੇਂ ਤੁਹਾਨੂੰ ਮੈਂ ਮੂਰੋ ਦਿਖਾਇਆ ਸੀ ਪੂਰਾ ਸੋਹਣਾ ਰਹਿੰਦਾ ਤੇ ਬਾਈ ਕਹਿੰਦਾ ਭਲੇਖੇ ਜਮਾ ਕੱਢ ਦੋ ਤੇ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਤੇ ਇਹ ਬਾਈਆਂ ਨੇ ਟਾਇਰ ਪਵਾਇਆ ਅਲੱਗ ਤੋਂ ਬਾਈ ਹਨਾ ਹਾਂ ਬਾਈ ਇਹ ਅਲੱਗ ਤੋਂ ਪਵਾਏ ਆ ਜੀ ਠੀਕ ਆ ਕੀ ਸਾਈਜ਼ ਇਹਨਾਂ ਦਾ ਇਹ 11-16 ਦੇ ਜੀ 11-16 ਦੇ ਟਾਇਰ ਹਾਂ 11-16 ਦੇ ਯੋਕੋਹਾਮਾ ਦੇ ਟਾਇਰ ਯੋਕੋਹਾਮਾ ਦੇ ਇਹ ਵਾ 40,000 ਦੇ ਪਵਾਏ ਜੀ ਮੂਰਲੇ ਟਾਇਰ ਕੱਲੇ ਸਣੇ ਰਿਮ ਬਾਈ ਸਣੇ ਰਿਮ ਆ ਇਹ ਨਾਲ ਠੀਕ ਹੈ ਹਾਂ ਸਣੇ ਰਿਮ ਆ ਰਿਮ ਦਿਖਾਈ ਕਾਸ਼ ਇੱਧਰ ਆ ਕੇ ਰੀਜਨਲ ਰਿਮ ਲੈਤੇ ਜੀ ਇਹ ਚੌੜੇ ਕਿਵੇਂ ਰੀਜਨਲ ਰਿਮ ਲੈਤੇ ਇਹ ਠੀਕ ਹੈ ਆਪੇ ਉਂ ਐ ਨਹੀਂ ਆਪਣੀ ਵੀ ਉਂ ਲੈ ਕੇ ਦੁਕਾਨ ਤੋਂ ਪਾਤੇ ਹਾਂ ਹਾਂ ਲੈ ਕੇ ਜੇ ਪਾਤੇ ਪੂਰੇ ਵੇਟ ਹੈਵੀ ਲੈਤੇ ਤੇ ਆ ਮੂਰੇ ਵੇਟ ਲਾਏ ਹੋਏ ਆ ਇਹ ਬਾਈ ਜੀ ਵੇਟ ਲਾਏ ਵੇ ਇਹਦੇ 8 ਵੇਟ ਲਾਏ ਵੇ ਸੀ ਇਹ 5 ਖੋਲ ਕੇ ਘਰੇ ਧਰਤੇ 50,000 ਦਾ ਤਾਂ ਲੋਹੇ ਟੰਗਿਆ ਵਾ ਇਹਦੇ ਤੇ ਬਾਈ ਇਹ ਵੇਟ ਬੂਟ ਹੀ ਲਾਏ ਵੇ ਹਾਂ ਠੀਕ ਆ ਡੱਡੂ ਵਾਂਗੂ ਵੜਕਦਾ ਮੂਰੋਂ ਨਹੀਂ ਦਾ ਫਿਰ ਜਦੋਂ ਛੱਡਿਆ ਹੋਵੇ ਹੋਰ ਵੇ ਪੂਰਾ ਸਿਰੇ ਹੀ ਆ ਜਾਂਦਾ ਹਨਾ ਹਾਂ ਸਿਰਾ ਕਰਾਂਦਾ ਬਾਈ ਉੜਦਾ ਮੂਰੋਂ ਫਿਰ 8 ਵੇਟ ਲਾਏ ਵੇ ਇਹਦੇ ਠੀਕ ਹੈ ਹਾਂ ਮਗਰ ਦੋ ਹੋ ਗਏ ਹਾਂ ਮਗਰ ਉਹ ਟਾਇਰਾਂ 'ਚ ਹੋ ਗਏ ਬਾਈ ਜੀ ਦੋ ਉਧਰ ਵਾਲੇ ਹੋ ਗਏ ਚਾਰ ਆ ਦੋ ਇਧਰਲੇ ਟਾਇਰਾਂ 'ਚ ਦੋ ਉਧਰਲੇ ਹਾਂ ਠੀਕ ਹੈ ਫਿਰ ਤਾਂ 12 ਹੋ ਗਏ ਹਾਂ 12 ਹੋ ਗਏ 12 ਵੇਟ ਉਹੀ ਨਹੀਂ 50,000 ਦਾ ਲੋਹਾ ਉਹੀ ਡੰਗਿਆ ਬੋਤੇ ਹਾਂ ਤੇ ਬਾਈ ਮੈਨੂੰ ਐ ਦੱਸੋ ਚਲੋ ਟਰੈਕਟਰ ਦੇਖ ਲਿਆ ਦੂਰੋਂ ਦੇਖ ਲਿਆ ਟਾਇਰ ਰਿਮ ਸਾਰੇ ਬਾਹਰੋਂ ਏਸੀ ਕੈਬਨ ਦਿਖਾਤਾ ਪਿੱਛੋਂ ਦਿਖਾਤਾ ਹੁਣ ਮੈਨੂੰ ਐ ਦੱਸੋ ਇਹਦੇ ਰੰਗ ਕਿਉਂ ਨਹੀਂ ਕਰਾਇਆ ਬਾਈ ਤੁਸੀਂ ਰੰਗ ਬਾਈ ਜੀ ਜੇ ਦਾੜੀ ਕਾਲੀ ਕਰਨ ਨਾਲ ਗੋਡਿਆਂ ਦਾ ਗਰੀਸ ਬਣਦਾ ਹੋਵੇ ਨਾ ਫਿਰ ਗੱਲਾਂ ਕਾਹਦੀਆਂ ਖੁੰਡ ਖੁੰਡੀ ਹੁੰਦਾ ਬਾਈ ਰੰਗ ਕਰਾ ਕੇ ਤਾਂ ਜਿੰਨਾ ਮਰਜ਼ੀ ਆ ਹੈ ਜਿੰਨਾ ਮਰਜ਼ੀ ਬਿਊਟੀ ਪਾਰਲਰ 'ਚ ਬਣ ਜਾਓ ਵਗ ਜਾਓ ਪਰ ਉਹ ਚੀਜ਼ ਤਾਂ ਬਣਦੀ ਨਹੀਂ ਉਹ ਬਿਊਟੀ ਤਾਂ ਉਹੀ ਰਹਿਣੀ ਹੈ ਉਮਰ ਦੇ ਹਿਸਾਬ ਨਾਲ ਤਾਂ ਬਿਊਟੀ ਉਹੀ ਰਹਿਣੀ ਹੈ ਇਹ ਬਾਈ ਖੁੰਡ ਖੁੰਡੀ ਹੁੰਦਾ ਹੈ
रंग कराने पैसे कैबन ते लाते कली शो ही किन्ने पैसे लगते रंग करा दे हाँ रंग हो जाता वाले तो वाले पंजा हजार लग जाता रंग हो जाता हाँ वह भी कोई औखा नहीं जो हम आप लगातार दाढ़ी काली करके कह दिए भी सा जवान ही रहा अक्सर चिट्टी तो होनी है मेहनत की लो भी अपना हुण आपां बाहरों अंदरों बाहरों देख लिया टायर देख लिया दूजे बेट अपन बाई ने सारिया गल्लां ਪੰਜਾਬੀ ਜੇ ਸਪਸ਼ਟ ਕਲੀਅਰ ਕੀਤਾ ਹਾਂ ਜੀ ਲੋ ਵੀ ਮਿੱਤਰੋ ਆਪਾਂ ਅੰਦਰ ਜਾ ਕੇ ਦੇਖਦੇ ਹਾਂ ਹੁਣ ਏਸੀ ਕੈਬਨ ਦੀ ਕੀ ਗੱਲਬਾਤ ਆ ਤੇ ਇਹਨੂੰ ਨੱਪ ਕੇ ਆਪਾਂ ਜਾਂਦੇ ਆ ਅੰਦਰ ਇਹ ਤਾਂ ਮੈਂ ਜਿਵੇਂ ਪੂਰੇ ਹੱਥ ਨਾਲ ਨੱਪਿਆ ਮੇਰੇ ਘੱਟ ਚ ਫੋਨ ਫੜਿਆ ਹੋਇਆ ਆ ਇਹ ਕਿਨਾਂ ਵੀ ਨੱਪਾਂਗੇ ਨਾ ਆਪਾਂ ਸਿੰਪਲ ਉਵੇਂ ਵਧੀਆ ਤਰੀਕੇ ਨਾਲ ਖੁੱਲ ਜਾਂਦਾ ਇਹ ਸੌਖਾ ਹੀ ਖੁੱਲ ਜਾਂਦਾ ਤੇ ਲੋ ਵੀ ਜਾਂਦੇ ਆ ਹੁਣ ਆਪਾਂ ਅੰਦਰ ਤੇ ਆਹ ਇਹਦੇ ਜਿਹੜੀ ਆਹ ਪਹਿਲਾਂ ਟਾਕੀ ਹੈਗੀ ਜਿਹੜੀ ਇਹਦੀ ਇੱਧਰ ਕਲੱਚ ਵਾਲੀ ਸਾਈਡ ਵਾਲੀ ਤੇ ਇਹ ਦੇਖੋ ਪਹਿਲਾਂ ਤਾਂ ਵੀ ਇਹਦੀ ਫਿਟਿੰਗ ਪੂਰੀ ਜ਼ਬਰਦਸਤ ਕੀਤੀ ਹੋਈ ਆ ਐਂ ਵੀ ਕੱਚਾ ਜਿਹਾ ਕੰਮ ਨਹੀਂ ਛੱਡਿਆ ਵਾ चार बलोर ने चारे बलोर जो फिर चलते हैं बी कहना जिम्मे कहना जी ना बी जो बर्फ दिल्लियां डिगी जाना शिमला वाली फीलिंग आने लग जाती है बी हाँ ठीक है इथो ना अपा जिम्मे चलो एसी बारे भी आप गल्ला बातें बी होना करी जाने इतो जिम्मे स्टार्टिंग जो तुम देखी जाते हो ना अभी अपन सारा कवर पिछे भी देखो पिछे सारे हाल कुछ भी सारा कुछ पूरा दींदा फुल अमागरला शीशा भी खुलदा बई जी जो मर्जी चको करो छे बलोर एगे जो डोर होंगे अपनी उदो खुल डोर बंद जो डोर होंगे अपनी उदो जगदी डोर बंद जगनी रही इधर ऑफ हो गई इधर ऑन हो गई ठीक है मूरले वेपर म्यूजिक सिस्टम फिर ओना नहीं ला के दिता भाई बिच ला के दिता हां जी ठीक है सोनी दा लाता सोनी दा जी आ डब्बी का दी है भाई पिछे ओ सोनी ए भाई जी फ्यूज वाली है एसी दे फ्यूज है सारे इहदे म्यूजिक सिस्टम दे फ्यूज आ अपने कपड़े एसी दे बलोरा ना उड़दा अंदर खिंच लेंदे हवा खिंच दे जिवें आपां पहलां दिखा गए ते उपर जाली लगी वी आ फिर ओह झाड़ देवे हां जी हां नाले ओह झाड़ी जांदे आ नाले अंदरों खिंची जांदे भाई हां ठीक है इधर आ गया अभी यह मोबाइल चार्जिंग वाला हां चार्ज पॉइंट आ गया अभी मोबाइल चार्जिंग वाला हां जी 2 पॉइंट ये आ गए ठीक है ये अपन लग तो लेके लाउणा पेंदा कारां च भी अपन लाउणा ही पेंदा ज्यादातर हां जी ठीक है
ਮਿੱਟੀ ਮੁੱਟੀ ਆ ਜਾਂਦੀ ਅੰਦਰ ਜਾਂ ਹੋਰ ਜਾਂਦਰ ਮੈਟਿੰਗ ਕਰੀ ਵੀ ਆਪਣੀ ਉਹਨਾਂ ਨੂੰ ਸਾਫ਼ ਕਰਨਾ ਬਲੋਰ ਮਾਰ ਕੇ ਜਾਲੀ ਝਾੜਨੀ ਹੋਵੇ ਖੇਤ ਖੜੇ ਆ ਬਲੋਰ ਨੂੰ ਲਾਓ ਜਾਲੀ ਖੋਲੋ ਤਾਂ ਤੋਂ ਬਲੋਰ ਨਾਲ ਸਾਫ਼ ਕਰੋ ਬਲੋਰ ਸਾਫ਼ ਕਰਕੇ ਉਦੋਂ ਠੀਕ ਹੈ ਬਹੁਤ ਸੌਖਾ ਸਿਸਟਮ ਰੱਖਿਆ ਹਾਂ ਸੌਖਾ ਜੀ ਪੂਰਾ ਜੇ ਕੰਪਨੀ ਬੈਂਡ ਹੀ ਕਰਾਇਆ ਜਿਵੇਂ ਕੰਪਨੀ ਦਿੰਦੀ ਹੈ ਜੀ ਉਵੇਂ ਲਾ ਕੇ ਦਿੰਦੇ ਵੀ ਦਿਨੋ ਦਿਨ ਸੁਧਾਰ ਕਰਦੇ ਰਹਿੰਦੇ ਹਾਂਜੀ ਹਾਂਜੀ ਸਾਲ ਡੇਢ ਸਾਲ ਦੇ ਅੰਦਰ ਆਪਦਾ ਕੋਈ ਨਵਾਂ ਫਿਊਚਰ ਕੱਢਦੇ ਵਿੱਚ ਏਸੀ ਦੇ ਵਿੱਚ ਬਦਲਾਵ ਕਰਦੇ ਆ ਤਾਂ ਉਹ ਜਿਨ੍ਹਾਂ ਦੇ ਪੁਰਾਣੇ ਟਰੈਕਟਰਾਂ ਦੇ ਏਸੀ ਲੱਗਿਆ ਵਾ ਕੈਬਨ ਲੱਗਿਆ ਵਾ ਜੇ ਕੰਪਰੈਸ਼ਰ ਬਦਲਦੇ ਤਾਂ ਕੰਪਰੈਸ਼ਰ ਬਦਲ ਕੇ ਦਿੰਦੇ ਆ ਕੋਈ ਸਿਸਟਮ ਇਹਦੇ ਵਿੱਚ ਏਸੀ ਦਾ ਤਾਂ ਬਦਲਦੇ ਆ ਜਾਂ ਕੋਈ ਇਹਦਾ ਸਾਊਂਡ ਦਾ ਬਦਲਦੇ ਆ ਉਹ ਆਪਾਂ ਨੂੰ ਫ੍ਰੀ ਦੇ ਵਿੱਚ ਬਦਲ ਕੇ ਦੇਣਗੇ ਜੀ ਠੀਕ ਹੈ ਜੀ ਬਹੁਤ ਵੱਡੀ ਗੱਲ ਆ ਬਾਈ ਬਹੁਤ ਵੱਡੀ ਗੱਲ ਆ ਬਾਈ ਜੀ ਵਧੀਆ ਗੱਲ ਹੈ ਇਹਨਾਂ ਦੀ ਤੇ ਆ ਸਾਹਮਣੇ ਫਿਰ ਮੋਬਾਈਲ ਟੰਗਣ ਵਾਲਾ ਆ ਗਿਆ ਹਾਂਜੀ ਮੋਬਾਈਲ ਮੋਬਾਈਲ ਇਹ ਵੀ ਫਿਰ ਨਾਲ ਹੀ ਲਾ ਕੇ ਦਿੱਤਾ ਬਾਈ ਉਹਨਾਂ ਨੇ ਨਹੀਂ ਇਹ ਬਾਈ ਆਪਣਾ ਨਹੀਂ ਇਹ ਨਾਲ ਨਹੀਂ ਦਿੱਤਾ ਸੀਗਾ ਇਧਰ ਆ ਗਿਆ ਬਈ ਆ ਗੋਲਡ ਸਟਾਰ ਵਾਲਿਆਂ ਦਾ ਲੋਗੋ ਲਾਇਆ ਪਿਆ ਗਾ ਸ਼ੀਸ਼ੇ ਤੇ ਪੱਕਾ ਲੋਗੋ ਲਾਤਾ ਇਹਨਾਂ ਨੇ ਜਮਾ ਉਹਦਾ ਤੇ ਲੋ ਵੀ ਇੱਕ ਵਾਰੀ ਨਿਗਾਹ ਹੁਣ ਮਿੱਤਰੋ ਫੇਰ ਮਾਰ ਲੋ ਇੱਧਰ ਸਾਰੀਆਂ ਚੀਜ਼ਾਂ ਤੇ ਤੇ ਇੱਧਰ ਆ ਕੀ ਚੀਜ਼ ਲਾਈ ਪਈ ਆ ਬਾਈ ਇੱਧਰ ਇਹ ਬਾਈ ਵੈਪਰ ਮਸ਼ੀਨ ਹੈ ਵੈਪਰ ਵਾਲਾ ਕੰਟਰੋਲਰ ਆ ਗਿਆ ਹਾਂ ਕੰਟਰੋਲਰ ਠੀਕ ਹੈ ਤੇ ਇੱਧਰ ਪਿੱਛੇ ਇੰਨਾ ਥਾਂ ਵਧੀਆ ਦੇਤਾ ਹਨਾ ਇਹ ਵਧੀਆ ਥਾਂ ਬਾਈ ਜੀ ਇੱਥੇ ਜਿਵੇਂ ਮਰਜ਼ੀ ਉਹ ਕਰ ਲੋ ਇੱਥੇ ਨਾ ਉਹ ਲੱਗ ਜਾਂਦਾ ਬਹਿ ਜਾਂਦਾ ਬੰਦਾ ਇੱਥੇ ਨਾ ਫੱਟਾ ਲੱਗ ਜਾਂਦਾ ਉੱਤੇ ਤੇ ਉਹਦੇ ਉੱਤੇ ਗੱਦਾ ਟਿਕ ਜਾਂਦਾ ਬੰਦਾ ਐ ਪੈ ਵੀ ਜਾਂਦਾ ਮਗਰ ਫਿੱਟ ਕਰਕੇ ਫਿੱਟ ਕਰਾ ਲੋ ਤੁਸੀਂ ਕਿਸੇ ਤੋਂ ਵੀ ਕਰਾ ਸਕਦੇ ਹੋ ਤਾਂ ਜੇ ਕਰਾਉਣਾ ਤੇ ਇਹਦੇ ਵਿੱਚ ਲੱਗ ਜਾਂਦਾ ਉਹ ਇੱਥੇ ਖਾਸ ਜਗ੍ਹਾ ਪਰ ਉਹ ਫਿਰ ਆਹ ਜਗ੍ਹਾ ਕਵਰ ਕਰਦਾ ਮਗਰ ਲੈਂਕਾਂ ਲੂੰਕਾਂ ਘੱਟ ਦਿੰਦੀਆਂ ਫਿਰ ਇਹ ਕਵਰ ਹੋ ਜਾਂਦਾ ਇੱਥੋਂ ਜਗ੍ਹਾ ਫਿਰ ਉੱਤੋਂ ਦੀ ਦੇਖਣਾ ਪੈਂਦਾ ਬੂਟ ਲਾ ਕੇ ਦਿੰਦੇ ਉੱਤੇ ਬੂਟ ਲਾਏ ਹੋਏ ਆ ਗੇਅਰ ਵਾਲਾ ਲੀਵਰ ਆ ਗਿਆ ਤੁਸੀਂ ਦੇਖੋ ਇਧਰ ਡਿਸਟ੍ਰੀਬਿਊਟਰ ਵਾਲਾ ਦਿਖਾ ਦਾ ਡਿਸਟ੍ਰੀਬਿਊਟਰ ਲੱਗਿਆ ਵਾ ਬਾਈ ਇਹਦੇ ਤੇ ਵੀ ਬੂਟ ਚੜਾ ਕੇ ਦਿੰਦੇ ਡਿਸਟ੍ਰੀਬਿਊਟਰ ਤੇ ਪੂਰਾ ਪ੍ਰੋਪਰ ਬੂਟ ਚੜਿਆ ਵਾ ਗੇਅਰਾਂ ਦੇ ਬੂਟ ਚੜੇ ਹੋਏ ਪ੍ਰੋਪਰ ਬੂਟ ਚੜਿਆ ਵਾ ਪੂਰਾ ਬਾਈ ਮਿੱਟੀ ਨਹੀਂ ਆਊਗੀ ਯਾਰ ਠੀਕ ਹੈ ਹਾਂਜੀ ਬਾਈ ਆ ਇੱਥੇ ਗਲਾਸ ਗਲੂਸ ਰੱਖਣ ਨੂੰ ਤੇ ਇਧਰ ਫੋਨ ਰੱਖਣ ਨੂੰ ਆ ਗਿਆ ਵਾਹ ਜੀ ਵਾਹ ਹਾਂ ਤੇ ਇੱਧਰ ਵੀ ਆਪਣਾ ਫੋਨ ਵਧੀਆ ਇੱਥੇ ਚਾਰਜਰ ਲਾ ਕੇ ਆਪਾਂ ਇੱਥੇ ਪੂਰਾ ਵਧੀਆ ਰੱਖ ਸਕਦੇ ਹਾਂ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਆ ਬਾਈ ਨੂੰ ਦੱਸ ਹੀ ਦਿੱਤਾ ਸੀਗਾ ਹਾਂ ਇਹ ਆਪਾਂ ਫਿਊਜ਼ ਪਹਿਲਾਂ ਦੱਸ ਦਿੱਤੇ ਠੀਕ
ਬਾਈ ਜੀ ਆਪਾਂ ਇਹਦਾ ਟੈਂਪਰੇਚਰ 18 ਦੇ ਕਰਤਾ ਜਦੋਂ ਇਹ 18 ਟੈਂਪਰੇਚਰ ਹੋ ਗਿਆ ਉਦੋਂ ਬਾਅਦ ਇਹ ਕੱਟ ਕਰ ਜਾਣਾ, ਇਹਨੇ ਆਟੋਮੈਟਿਕ ਕੱਟ ਕਰ ਜਾਣਾ। ਜੇ ਆਪਾਂ ਨੂੰ 18 ਤੋਂ ਵੀ ਵੱਧ ਕੂਲਿੰਗ ਠੰਡ ਦੀ ਲੋੜ ਆ ਗਈ ਤਾਂ ਆਪਾਂ ਇਹਦਾ ਤੁਹਾਨੂੰ ਟਰਬੋ ਲਾ ਕੇ ਦਿਖਾਉਣੇ ਆ, ਮੁੜ ਕੇ ਇਹ ਕੱਟ ਨਹੀਂ ਕਰਦਾ, ਇਹ ਚੱਲੀ ਜਾਣਾ। ਇਹਨੇ ਬਾਈ ਅੰਦਰ ਫਿਰ ਤੁਸੀਂ ਕੰਬਲ ਲੈਣ ਦੀ ਉਹ ਕੰਬਲ ਲੈਣਾ ਪਊ ਤੁਹਾਨੂੰ। ਇਹ ਜਦੋਂ ਇੱਥੇ ਇਹਨੂੰ 2 ਮਿੰਟ ਦੱਬ ਕੇ ਸਕਿੰਟ ਕੁ ਰੱਖੋਗੇ ਇਹ ਆ ਗਿਆ, ਇਹ 88 ਆ ਗਿਆ ਬਾਈ ਜੀ। ਹੁਣ ਇਹ ਟਰਬੋ ਸਟਾਰਟ ਹੋ ਗਿਆ ਇਹਦਾ, ਹਾਂ ਟਰੈਕਟਰ ਬਾਜ ਬਦਲ ਜਾਂਦਾ। ਅਤੇ ਇਹ ਹੁਣ ਤੁਸੀਂ ਐਂ ਲਾ ਲਓ ਵੀ 10 ਕੁ ਮਿੰਟਾਂ ਨੂੰ ਕੰਬਲ ਭਾਲਣ ਵਾਲਾ ਕੰਮ ਕਰੂਗਾ, ਇਹ ਇੰਨੀ ਕੂਲਿੰਗ ਕਰੂਗਾ। ਹਾਂ ਕੱਟ ਨਹੀਂ ਕਰਦਾ, ਇਹ ਲਗਾਤਾਰ ਚੱਲੂ। ਹਾਂ ਹਾਂ ਹਰੀ ਬੱਤੀ ਬਾਈ। ਹਾਂ ਹੁਣ ਤੁਹਾਨੂੰ 5 ਮਿੰਟ ਹੋ ਗਏ ਬੈਠਿਆਂ ਨੂੰ ਅੰਦਰ, ਤੁਸੀਂ ਐਂ ਦੇਖੋ ਵੀ ਕਿੰਨੀ ਠੰਡ ਕਿੰਨੀ ਮਹਿਸੂਸ, ਇੰਨੀ ਠੰਡ ਆ, ਇੰਨੀ ਕੂਲਿੰਗ ਕਰ ਦਿੰਦਾ ਇਹ ਬਾਈ ਜੀ। ਇਹ ਟਰਬੋ ਤੇ ਤਾਂ ਬਹੁਤ ਜ਼ਿਆਦਾ ਕੂਲਿੰਗ ਕਰੂਗਾ। ਠੀਕ ਆ, ਲੀੜੇ ਪਾ ਕੇ ਬਹਿ ਜਾਓਗੇ, ਚਿੱਟੇ ਕੱਪੜੇ ਪਾ ਕੇ ਬਹਿ ਜਾਓ, ਇਹੋ ਜਿਹੇ ਉਤਰੋਗੇ। ਕੋਈ ਐਂ ਨੀ ਦੱਸ ਸਕਦਾ ਤੁਹਾਨੂੰ ਵੀ ਤੁਸੀਂ ਖੇਤ ਦੇ ਵਿੱਚ ਹਾਕਾ ਮਾਰ ਕੇ ਆਓ ਜਾਂ ਵਾਹ ਕੇ ਆਇਓ। ਹਾਂ ਜਿਹੋ ਜਿਹੇ ਘਰੋਂ ਨਹਾ ਧੋ ਕੇ ਬਹਿ ਗਏ ਉਹ ਜਿਹੇ ਘਰੇ ਜਾ ਕੇ ਬਹਿ ਗਏ, ਮੌਜ ਨਾ ਜੀ ਪੂਰੇ ਜੀ, ਜਲ ਜੁਲ ਲਾ ਕੇ ਬਹਿ ਜਾਓ ਵਾਲਾਂ ਦੇ, ਮੌਜ ਨਾ, ਉਹ ਜਿਹੇ ਉਤਰ ਜਾਓ ਘਰੇ ਜਾ ਕੇ। ਮੌਜ ਨਾ ਬਾਈ, ਜਦੋਂ ਮਰਜ਼ੀ ਬਾਹੀ ਜਾਓ, ਜਦੋਂ ਵਿਆਹ ਜਾਣਾ ਆਪਦਾ ਮੌਜ ਨਾ ਉਤਰੋ, ਇਹਦੇ ਜੋ ਜਾ ਕੇ ਗੱਡੀ 'ਚ ਬਹਿ ਜਾਓ। ਉਹੀ ਬਈ ਘਰ ਵਾਲਾ ਕੰਮ ਹੋ ਗਿਆ।
बाहर कढ़िया ना पाइप भाई फिर अंदर का पानी हो जाता कैबन के ठीक है। बर्फ जम जाती है बर्फ माड़े बंदे दे पानी पीने वाला हो जाता ठंडा इतों हाँ फिटले भाई ये जो चाहे चले आप सारा पांच सत्त मिनट ही चलाया जी मेरे भाई ये घंटा अद्धा घंटा चला चल जाए तो घंटा पूरी बर्फ जम जाती है ये पूरा ठंडा जी। ये फॉर्म लाई भी है बई जी ये ना अंदर रेता रूता जान तो वो लगी भी होंगे जिमें हम इतने यदा पाइपा आदि अंदरों कैबन के क्लच वाली राड़ा हो गई या होर हो गई ये उत्थे लगे हाँ जी हाँ जी देखो भाई जी देखो भाई जी चानन अखा मैं रोड ते जांदे दा भाई अगला कह पता नहीं की लाई आ बंद करनिया पैंदे पिछे भी लाइटा ही हाँ भाई पिछे भी जाग दियां लाइटा पिछले पिछे भी इन्हें चानन इन्हें आ बत्ती चल पी भाई जी ये ला के ही देंदे उत्थे बत्ती ਵੈਪਰ ਮਸ਼ੀਨ ਵੀ ਚੱਲ ਪਈ ਹਾਂਜੀ ਠੀਕ ਹੈ ਆ ਵੇ ਆ ਵੈਪਰ ਮਸ਼ੀਨ ਇਹ ਸਟਾਰਟ ਕਰੀ ਜਾਂਦੀ ਹੈ ਤੇ ਪਾਣੀ ਇੱਥੋਂ ਲੈਂਦਾ ਠੀਕ ਹੈ ਜੀ ਤੇ ਲਓ ਭਾਈ ਫਿਰ ਹੋਰ ਤਾਂ ਨਹੀਂ ਰਿਹਾ ਹੈ ਨਾ ਕੁਝ ਦੱਸਣ ਵਾਲਾ ਨਾ ਜੀ ਬਸ ਬਾਈ ਜੀ ਹੋਰ ਕੀ ਓਕੇ ਦੀ ਰਿਪੋਰਟ ਆ ਚਲੋ ਲਓ ਵੀ ਇਹ ਬਜ਼ੁਰਗ ਟਰੈਕਟਰ ਆ ਤੇ ਝੋਟਾ ਟਰੈਕਟਰ ਇਹਨੂੰ ਹਾਂਜੀ ਝੋਟਾ ਜਿਵੇਂ ਕਹਿ ਦਿੰਦੇ ਆ ਬਾਈ ਜੀ ਝੋਟਾ ਝੋਟਾ ਹੀ ਹੈ ਖੇਤਾਂ ਦਾ ਰਾਜਾ ਜੀ ਬਾਈ ਸੋਨੂੰ ਹੁਣੇ ਦਾ ਟੈਂਪਰੇਚਰ ਦਿਖਾਉਣੇ ਆ ਆਪਾਂ 17 ਤੇ ਕਰਕੇ ਬੰਨਿਆ ਸੀਗਾ ਹੁਣੇ ਦਾ 2 ਮਿੰਟ ਹੋ ਗਏ ਖੜੇ ਨੂੰ ਤਿੰਨ ਟੈਂਪਰੇਚਰ ਉੱਥੇ 17 ਤੇ ਆ ਗਿਆ ਮੁੜ ਕੇ ਦੁਬਾਰੇ ਠੀਕ ਹੈ ਹਾਂ ਹੁਣ ਏਸੀ ਲਗਾਤਾਰ ਚੱਲੀ ਜਾਂਦਾ ਬਾਈ
ਹੁਣ ਦਿਨ ਵੀ ਛਿਪ ਗਿਆ ਤੇ ਕੱਲ ਨੂੰ ਕਰਾਂਗੇ ਕੰਮ ਕਾਰ ਜਿਹੜੇ ਰਹਿ ਗਏ ਤੇ ਬਾਈ ਫਿਰ ਆਪਾਂ ਨੰਬਰ ਜ਼ਰੂਰ ਦੇਈਏ ਤੇ ਕਈ ਵਾਰੀ ਨਾ ਆਪਣੇ ਕਿਸੇ ਕਿਸਾਨ ਭਰਾ ਨੇ ਹਾਂਜੀ ਹਾਂਜੀ ਕੇਵਲ ਲਵਾਉਣਾ ਹੁੰਦਾ ਹਾਂਜੀ ਤੇ ਉਲਝ ਨਾ ਜਾਣ ਹੋਰ ਹਾਂਜੀ 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 ਬਾਈ ਨੰਬਰ ਹੈਗਾ ਆਪਣਾ 7714 ਹਾਂਜੀ ਠੀਕ ਹੈ ਤੇ ਲਓ ਬਾਈ ਗੁਲਾਬ ਨਾਲ ਗੱਲ ਕਰ ਸਕਦੇ ਹੋ ਤੇ ਲਓ ਬਾਈ ਚਰਨਜੀਤ ਨਾਲ ਗੱਲ ਕਰ ਸਕਦੇ ਹੋ ਜਦੋਂ ਮਰਜ਼ੀ ਠੀਕ ਤੇ ਕਰੋ ਬਾਈ ਦਾ ਨੰਬਰ ਨੋਟ ਹੈ ਚਲੋ ਕਿਸੇ ਮਿਲਦਾ ਹੋਣਾ ਕਿਸੇ ਹੋਰ ਅਗਲੀ ਘੈਂਟ ਵੀਡੀਓ 'ਚ ਓਕੇ ਬਾਈ ਤੇ ਕਿਹਾ ਵੀ ਭਰਾ ਭਰਾ ਨੇ ਆਪਣੇ ਬਹੁਤ ਹੈਲਪ ਕੀਤੀ ਹੈ ਬਾਈ ਜਾਨ ਪਹਿਲਾਂ ਫੋਨ ਕਿਉਂ ਮੇਰੇ ਹੱਥ 'ਚ ਆ ਗਿਆ ਅਕਾਸ਼ ਦੇ ਓਕੇ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਧੰਨਵਾਦ ਬਾਈ ਤੁਹਾਡਾ ਵੀਡੀਓ ਬਣਾਉਣ ਬਹੁਤ ਬਹੁਤ ਮਿਹਰਬਾਨੀ ਬਾਈ ਜੀ ਤੁਹਾਡੀ ਵੀਡੀਓ ਬਣਾਉਣ ਦੀ ਵੈਲਕਮ ਜੀ